ਬੇਸ਼ੱਕ ਪੰਜਾਬ 'ਚ ਕਰਫਿਊ ਲੋਕਾਂ ਦੀ ਸੁਰੱਖਿਆ ਦੇ ਲਈ ਲਗਾਇਆ ਗਿਆ, ਪਰ ਫਿਰ ਵੀ ਕਈ ਵਾਰ ਕੁਝ ਹੈਰਾਨ ਅਤੇ ਪਰੇਸ਼ਾਨ ਕਰ ਦੇਣ ਵਾਲੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ। ਇਸ ਕਰਫਿਊ ਦੌਰਾਨ ਜਿੱਥੇ ਪਟਿਆਲਾ ਦੇ ਵਿੱਚ ਇਹ ਗੁੰਡਾਗਰਦੀ ਹੋਈ ਹੈ, ਤਾਂ ਉੱਥੇ ਹੀ ਮਾਨਸਾ ਦੇ ਪਿੰਡ ਠੁੱਠਿਆਵਾਲੀ 'ਚ ਵੀ ਕੁਝ ਲੋਕਾਂ ਦੇ ਵੱਲੋਂ ਗਸ਼ਤ 'ਤੇ ਗਈ ਪੁਲਿਸ ਪਾਰਟੀ 'ਤੇ ਹਮਲਾ ਕੀਤਾ ਗਿਆ। ਇਸ ਹਮਲੇ 'ਚ ਥਾਣੇਦਾਰ ਜ਼ਖਮੀ ਹੋਇਆ ਦੱਸਿਆ ਜਾ ਰਿਹਾ, ਜਿਸ ਨੂੰ ਮਾਨਸਾ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ, ਜ਼ਖਮੀ ਪੁਲਿਸ ਮੁਲਾਜ਼ਮ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ, ਡਾਕਟਰਾਂ ਦੇ ਵੱਲੋਂ ਇਲਾਜ ਕੀਤਾ ਜਾ ਰਿਹਾ। ਮਾਨਸਾ ਦੇ ਪਿੰਡ ਦੀ ਇਹ ਖਬਰ ਦੱਸੀ ਜਾ ਰਹੀ ਹੈ, ਜਿੱਥੇ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਗਸ਼ਤ ਕਰਨ ਗਈ ਸੀ ਔਰ ਮੁਲਾਜ਼ਮਾਂ 'ਤੇ ਹਮਲਾ ਕਰ ਦਿੱਤਾ ਗਿਆ। ਠੁੱਠਿਆਵਾਲੀ ਪਿੰਡ ਦੀ ਇਹ ਘਟਨਾ ਦੱਸੀ ਜਾ ਰਹੀ ਹੈ। ਮਾਨਸਾ ਤੋਂ ਸਾਡੇ ਸਹਿਯੋਗੀ ਅਮਰਜੀਤ ਸਾਡੇ ਨਾਲ ਜੁੜੇ ਆ। ਅਮਰਜੀਤ, ਕੀ ਜਾਣਕਾਰੀ ਹੈ? ਦੱਸਿਆ ਜਾ ਰਿਹਾ ਕਿ ਪੁਲਿਸ ਮੁਲਾਜ਼ਮ 'ਤੇ ਇਹ ਹਮਲਾ ਹੋਇਆ ਪਿੰਡ ਠੁੱਠਿਆਂਵਾਲੀ ਦੇ ਵਿੱਚ, ਕਿਉਂ ਇਹ ਜਿਹੜਾ ਹਮਲਾ ਹੋਇਆ ਔਰ ਹੁਣ ਕੀ ਕੁਝ ਪ੍ਰਸ਼ਾਸਨ ਦੇ ਵੱਲੋਂ ਕੀਤਾ ਜਾ ਰਿਹਾ? ਬਿਲਕੁਲ ਜਤਿੰਦਰ, ਦੱਸਣਾ ਚਾਹਾਂਗਾ, ਜਿੱਥੇ ਕੋਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਨੂੰ ਖਤਮ ਕਰਨ ਲਈ ਹਰ ਵਿਅਕਤੀ ਆਪਣਾ ਯੋਗਦਾਨ ਪਾ ਰਿਹਾ, ਉੱਥੇ ਪੰਜਾਬ ਪੁਲਿਸ ਵੱਲੋਂ ਵੀ ਨਾਕੇਬੰਦੀ ਕਰਕੇ ਲੋਕਾਂ ਦੀ ਰਾਖੀ ਲਈ ਪਹਿਰੇ ਲਗਾਏ ਹੋਏ ਨੇ ਤੇ ਪਿੰਡਾਂ ਦੇ ਵਿੱਚ ਵੀ ਇਸ ਦੇ ਦੌਰਾਨ ਕਰਫਿਊ ਨੂੰ ਦੀ ਪਾਲਣਾ ਕਰਵਾਉਣ ਦੇ ਲਈ ਗਸ਼ਤ ਕੀਤੀ ਜਾ ਰਹੀ ਸੀਗੀ। ਬੀਤੀ ਰਾਤ ਪੁਲਿਸ ਮੁਲਾਜ਼ਮਾਂ ਵੱਲੋਂ ਮਾਨਸਾ ਜ਼ਿਲ੍ਹੇ ਦੇ ਪਿੰਡ ਠੁੱਠਿਆਂਵਾਲੀ ਦੀ ਜਦੋਂ ਗਸ਼ਤ ਕਰਨ ਲਈ ਟੀਮ ਨਿਕਲੀ ਤੇ ਉੱਥੇ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਦੀ ਜਿਹੜੀ ਅਪੀਲ ਕੀਤੀ ਜਾ ਰਹੀ ਸੀ ਤੇ ਕੁਝ ਵਿਅਕਤੀਆਂ ਵੱਲੋਂ ਮੁਲਾਜ਼ਮਾਂ ਦੇ ਉੱਪਰ ਇਸ ਜਿਹੜਾ ਹਮਲਾ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਪੁਲਿਸ ਮੁਲਾਜ਼ਮ ਦੇ ਇੱਕ ਗੰਭੀਰ ਜਿਹੜੀ ਸੱਟਾਂ ਲੱਗੀਆਂ ਨੇ, ਜਿਸ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਗਾ ਤੇ ਉਸਦਾ ਜਿਹੜਾ ਇਲਾਜ ਚੱਲ ਰਿਹਾ ਜੀ। ਅਮਰਜੀਤ, ਪ੍ਰਸ਼ਾਸਨ ਦੇ ਵੱਲੋਂ ਹੁਣ ਕੀ ਕਾਰਵਾਈ ਕੀਤੀ ਗਈ ਹੈ? ਜਿਨ੍ਹਾਂ ਦੇ ਵੱਲੋਂ ਕੁੱਟਮਾਰ ਕੀਤੀ ਗਈ ਹੈ ਉਹਨਾਂ ਦੀ ਪਛਾਣ ਹੋ ਚੁੱਕੀ ਹੈ? ਪ੍ਰਸ਼ਾਸਨ ਇਸ ਦੇ ਜਾਂਚ ਦੇ ਵਿੱਚ ਲੱਗਿਆ ਹੋਇਆ ਜੀ। ਜੀ, ਤਮਾਮ ਜਾਣਕਾਰੀ ਲਈ ਧੰਨਵਾਦ। ਮਾਨਸਾ ਦੇ ਪਿੰਡ ਠੁੱਠਿਆਂਵਾਲੀ ਦੇ ਵਿੱਚ ਘਟਨਾ ਵਾਪਰੀ ਹੈ। ਦੱਸਿਆ ਜਾ ਰਿਹਾ ਕਿ ਪੁਲਿਸ ਗਸ਼ਤ ਕਰਨ ਗਈ ਸੀ ਔਰ ਜਿਸ ਤੋਂ ਬਾਅਦ ਪੁਲਿਸ ਪਾਰਟੀ 'ਤੇ ਹਮਲਾ ਕੀਤਾ ਜਾਂਦਾ ਹੈ ਕੁਝ ਲੋਕਾਂ ਦੇ ਵੱਲੋਂ, ਜਿਸ ਦੇ ਵਿੱਚ ਪੁਲਿਸ ਮੁਲਾਜ਼ਮ ਜਿਹੜਾ ਉਹ ਵੀ ਜ਼ਖਮੀ ਹੋ ਜਾਂਦਾ, ਇੱਕ ਥਾਣੇਦਾਰ ਜ਼ਖਮੀ ਹੋਇਆ ਦੱਸਿਆ ਜਾ ਰਿਹਾ ਇਸ ਘਟਨਾ ਦੇ ਵਿੱਚ। ਪਬਲਿਕ ਨੂੰ ਘਰੇ ਵੰਡ ਵਾਸਤੇ ਰੋਕ ਰਹੇ ਸੀ ਤੇ ਪਬਲਿਕ ਹਜ਼ੂਰ ਨੇ ਇਕੱਠ ਹੋ ਕੇ ਵੋਟ ਪਾਰਟੀ ਹਮਲਾ ਕਰ ਦਿੱਤਾ। ਸਾਡੇ ਕੋਲ ਇੱਕ ਪੇਸ਼ੈਂਟ ਆਏ ਗੁਰਤੇਜ ਸਿੰਘ ਤੇ ਉਹ ਸੱਟਾਂ ਵੱਜੀਆਂ ਉਹਨਾਂ ਦੇ, ਅਸੀਂ ਉਹਨਾਂ ਦਾ ਹੁਣ ਪਰਚਾ ਕੱਢ ਰਹੇ ਹਾਂ, ਵੈਸੇ ਕੰਡੀਸ਼ਨ ਹਾਲੇ ਸਟੇਬਲ ਹੈ ਤੇ ਟ੍ਰੀਟਮੈਂਟ ਸਟਾਰਟ ਕਰਤਾ। ਮੌਕੇ ਦੀ ਨਜ਼ਾਕਤ ਨੂੰ ਸਮਝਦੇ ਹੋਏ ਤੇ ਅੱਜ ਦੀ ਸਿਚੁਏਸ਼ਨ ਨੂੰ ਮੁੱਖ ਰੱਖਦੇ ਹੋਏ ESS ਗਲੋਬਲ ਤੁਹਾਨੂੰ ਇਹ ਐਡਵਾਈਸ ਦਿੰਦਾ ਕਿ ਆਪਣੇ ਘਰਾਂ ਤੋਂ ਬਾਹਰ ਨਾ ਨਿਕਲੋ, ਆਪਣੀ ਹੈਲਥ ਤੇ ਸੇਫਟੀ ਦਾ ਖਿਆਲ ਰੱਖੋ, ਸਿਰਫ ਜਿਹੜੇ ਬਹੁਤ ਜ਼ਰੂਰੀ ਕੰਮ ਹੈ ਉਹਨਾਂ ਵਾਸਤੇ ਹੀ ਘਰੋਂ ਬਾਹਰ ਨਿਕਲੋ। ਇੱਥੇ ਹੀ ਕੁਐਸਚਨ ਖੜਾ ਹੁੰਦਾ ਹੈ ਕਿ ਮੇਰਾ ਬਾਹਰ ਜਾਣ ਦਾ ਸੁਪਨਾ ਬਿਨਾਂ ਘਰੋਂ ਬਾਹਰ ਨਿਕਲੇ ਕਿੱਦਾਂ ਪੂਰਾ ਹੋਏਗਾ? ਤੁਹਾਡੇ ਸਾਰੇ ਸੁਪਨਿਆਂ ਨੂੰ ਮੁੱਖ ਰੱਖਦੇ ESS ਗਲੋਬਲ ਲੈ ਕੇ ਆਇਆ ਔਨਲਾਈਨ ਪਲੈਟਫਾਰਮ। ਲੌਗਇਨ ਕਰੋ ESSGlobal.com। ਔਨਲਾਈਨ ਕਾਉਂਸਲਿੰਗ ਘਰੇ ਬੈਠੇ ਪੂਰੇ ਪਰਿਵਾਰ ਨਾਲੋ, ਘਰੇ ਬੈਠ ਕੇ ਸਪਟੈਂਬਰ 2020 ਇਨਟੇਕ ਵਾਸਤੇ। ਹੁਣੇ ਲੌਗਇਨ ਕਰੋ ESSGlobal.com ਐਂਡ ਆਪਣੀ ਕਾਉਂਸਲਿੰਗ ਦੀ, ਔਨਲਾਈਨ ਕਾਉਂਸਲਿੰਗ ਦੀ ਅਪੁਆਇੰਟਮੈਂਟ ਬੁੱਕ ਕਰੋ।